ਕੋਸ਼ਕ ਭਰਾਵਾਂ ਦੇ ਵਿੱਚ ਕਮੈਂਟ ਸੀਗੇ ਬਾਈ ਤੇਰਾ ਇਹ ਕੋਈ ਬਾਣ ਵਿਹਲਾ ਬੂਲਾ ਰੱਖਿਆ ਵਿਆ ਹੋਊਗਾ ਤੂੰ ਉੱਥੇ ਗੋਭੀ ਲਾਈ ਆ ਇੰਨੀ ਛੇਤੀ ਗੋਭੀ ਤਿਆਰ ਨਹੀਂ ਹੁੰਦੀ ਪਰ ਵਪਾਰੀ ਭਰਾ ਸਾਡੇ ਖੇਤ ਦੇ ਵਿੱਚ ਸਿੱਧੀ ਖੇਤੋਂ ਆ ਕੇ ਮਾਲਕ ਸਾਡੇ ਤੋਂ ਉਹਨੂੰ ਖਰੀਦੇ ਆ ਕੋਈ ਇਹਨਾਂ ਤੋਂ ਸਾਡਾ ਕੋਈ ਕਮਿਸ਼ਨ ਨਹੀਂ ਨਾ ਅਸੀਂ ਇਹਨਾਂ ਤੋਂ ਲੈਨੇ ਆ ਨਾ ਇਹਨਾਂ ਨੂੰ ਅਸੀਂ ਦਿਨੇ 17 ਤੋਂ ਲੈ ਕੇ 18 ਰੁਪਏ ਕਿਲੋ ਦੇ ਸੌਦੇ ਜਿਹੜੇ ਸਾਡੇ ਖੇਤ ਦੇ ਵਿੱਚੋਂ ਹੋ ਰਹੇ ਆ ਆ 1509 ਆਪਾਂ ਜਿਹੜੀ ਚੱਕ ਕੇ 11 ਜੂਨ ਨੂੰ 1509 ਲਾਈ ਸੀ ਉਦੋਂ ਬਾਅਦ ਜਿਹੜੀ ਆਪਾਂ ਗੋਭੀ ਟਰਾਂਸਪਲੈਂਟ ਕੀਤੀ ਸੀ ਜਿਹੜੇ ਭਰਾ ਮੇਰੇ ਪੇਜ ਨਾਲ ਜੁੜੇ ਆ ਤਕਰੀਬਨ ਸਾਰੀਆਂ ਵੀਡੀਓ ਦੇਖਦੇ ਰਹਿੰਦੇ ਆ ਬਈ ਆ ਰਹੀ ਆ ਗੋਭੀ ਨੂੰ ਸੁੰਡੀ ਦਾ ਅਟੈਕ ਵੇਖੋ ਤੁਸੀਂ ਕਿੰਨਾ ਵਾਚ ਬੈਠਾ ਤੇ ਤੇ ਬਰੀਕ ਤੁਹਾਡੇ ਜਿਹੜੀ ਦਿੱਕਤ ਆ ਫੁੱਲਾਂ ਨੂੰ ਆਊਗੀ ਉਹ ਤੁਹਾਨੂੰ ਦਿਖਾਉਨੇ ਆ ਵੀ ਆਹ ਚੀਜ਼ ਬਣੂਗੀ ਫੁੱਲ ਸਹੀ ਨਹੀਂ ਆਊਗਾ ਆਹਾਂ ਚੀਜ਼ ਹੋ ਜੂਗੀ ਸਸੇ ਹੀ ਕਾਲ ਕਿਸਾਨ ਭਰਾਵੋ ਤੇ ਅੱਜ ਭਰਾਵੋ ਆਪਾਂ ਤੁਹਾਨੂੰ ਉਹ ਗੋਭੀ ਦਿਖਾਉਨੇ ਆ ਜਿਹੜੀ ਆਪਾਂ 1509 ਵੱਢ ਕੇ ਟਰਾਂਸਪਲੈਂਟ ਕੀਤੀ ਸੀ ਕੁੱਸ਼ਕ ਭਰਾਵਾਂ ਦੇ ਵਿੱਚ ਕਮੈਂਟ ਸੀਗੇ ਬਾਈ ਤੇਰਾ ਇਹ ਕੋਈ ਬਾਣ ਵਿਹਲਾ ਬੂਲਾ ਰੱਖਿਆ ਹੋਊਗਾ ਤੂੰ ਉੱਥੇ ਗੋਭੀ ਲਾਈ ਆ ਇੰਨੀ ਛੇਤੀ ਗੋਭੀ ਤਿਆਰ ਨਹੀਂ ਹੁੰਦੀ ਇਹ ਬਾਈ ਸਾਡਾ ਖੁਦ ਦਾ ਬ੍ਰਾਂਡ ਆ ਗੋਭੀ ਤੁਹਾਨੂੰ ਖਾ ਦੇਣੇ ਕੁਆਲਿਟੀ ਇਹ ਬਾਈ ਜੀ ਜਿਹੜੀ ਵੈਰਾਈਟੀ ਆ ਸਾਡੀ ਕਿਸੇ ਕੰਪਨੀ ਤੋਂ ਅਜੇ ਤਾਈਂ ਬੀਜ ਨਹੀਂ ਤਿਆਰ ਹੋਇਆ ਜਿਹੜੀ ਇੰਨੀ ਐਡਵਾਂਸ ਦੇ ਵਿੱਚ ਜਿਹੜੀ ਗੋਭੀ ਇਹ ਤਿਆਰ ਹੋ ਜੇ ਅੱਜ ਪੂਰੇ 47 ਦਿਨਾਂ ਤੋਂ ਬਾਈ ਜੀ ਜੰਮੂ ਨੂੰ ਸਪਲਾਈ ਦੇ ਰਹੇ ਆ ਸਿੱਧੀ ਗੋਭੀ ਦੀ ਵਪਾਰ ਵਪਾਰੀ ਭਰਾ ਸਾਡੇ ਖੇਤ ਦੇ ਵਿੱਚ ਸਿੱਧੀ ਖੇਤੋਂ ਆਕੇ ਮਾਲਕ ਸਾਡੇ ਤੋਂ ਉਹਨੂੰ ਖਰੀਦੇ ਆ ਕੋਈ ਇਹਨਾਂ ਤੋਂ ਸਾਡਾ ਕੋਈ ਕਮਿਸ਼ਨ ਨਹੀਂ ਨਾ ਅਸੀਂ ਇਹਨਾਂ ਤੋਂ ਲੈਨੇ ਆ ਨਾ ਇਹਨਾਂ ਨੂੰ ਅਸੀਂ ਦਿੰਨੇ ਆ ਜੋ ਗੱਲ ਕਰ ਲਈ ਉਹ ਬਾਈ ਜੀ ਖੇਤ ਦੇ ਵਿੱਚ ਪੇਮੈਂਟ ਆਖਦੀ ਦਿੰਦੇ ਆ ਤੇ ਗੱਡੀ ਨੂੰ ਰਸੇ ਪਵਾ ਦਈਦੇ ਆ ਅੱਜ ਤੁਹਾਨੂੰ ਗੋਭੀ ਆ ਜਿਹੜੀ ਤਕਰੀਬਨ ਆਪਣੀ 1-2 ਦਿਨਾਂ ਦੇ ਵਿੱਚ ਦੀ ਪੂਰਾ ਬਾਈ ਜੀ ਜੋਰ ਫੜ ਜੂਗੀ ਤੇ ਫਿਰ ਤੁਹਾਨੂੰ ਅਸੀਂ ਓਵੇਂ ਓਵੇਂ ਵੀਡੀਓ ਪਾਉਂਦੇ ਰਾਵਾਂਗੇ ਦਿਖਾਉਂਦੇ ਰਾਵਾਂਗੇ ਵੀ ਸਪਲਾਈ ਸਾਡੀ ਕਿੱਧਰ ਨੂੰ ਜਾਂਦੀ ਆ ਤੇ ਜਿਹੜਾ ਅੱਜ ਦਾ ਰੇਟ ਆ ਬਾਈ ਜੀ 17 ਤੋਂ ਲੈ ਕੇ 18 ਰੁਪਏ ਕਿਲੋ ਦੇ ਸੌਦੇ ਜਿਹੜੇ ਸਾਡੇ ਖੇਤ ਦੇ ਵਿੱਚੋਂ ਹੋ ਰਹੇ ਆ ਤੇ ਜਿਵੇਂ ਜਿਵੇਂ ਖੇਤ ਦੇ ਵਿੱਚੋਂ ਸੌਦੇ ਹੋਣਗੇ ਤਾਂ ਠਾਂ ਠਾਂ ਹੁੰਦਾ ਰਹਿੰਦਾ ਕੰਮ ਆ ਕੱਚੇ ਸੌਦੇ ਆ ਤੇ ਇਹ ਬਾਈ ਜੀ ਆਪਾਂ ਤੁਹਾਨੂੰ ਦੱਸਦੇ ਰਵਾਂਗੇ ਗੋਭੀ ਆ 1509 ਆਪਾਂ ਜਿਹੜੀ ਚੱਕ ਕੇ 11 ਜੂਨ ਨੂੰ 1509 ਲਾਈ ਸੀ ਉਸ ਤੋਂ ਬਾਅਦ ਜਿਹੜੀ ਆਪਾਂ ਗੋਭੀ ਟਰਾਂਸਪਲੈਂਟ ਕੀਤੀ ਸੀ ਜਿਹੜੇ ਭਰਾ ਮੇਰੇ ਪੇਜ ਨਾਲ ਜੁੜੇ ਆ ਤਕਰੀਬਨ ਸਾਰੀਆਂ ਵੀਡੀਓ ਦੇਖਦੇ ਰਹਿੰਦੇ ਆ ਉਹਨਾਂ ਨੂੰ ਪਤਾ ਤੇ ਅੱਜ ਬਾਈ ਜੀ ਸਾਰੀ ਗੋਭੀ ਸਾਡੀ ਇਹ ਉਹਨੂੰ ਦਿਖਾ ਦਿੰਨੇ ਆ ਵੀ ਸਾਰੀ ਪੇੜਿਆਂ ਦੇ ਵਿੱਚ ਆ ਜਿਵੇਂ ਜਿਵੇਂ ਫੁੱਲ ਬਣਦਾ ਓਵੇਂ ਓਵੇਂ ਆਪਾਂ ਜਿਹੜਾ 600 700 ਗ੍ਰਾਮ ਦਾ ਫੁੱਲ ਉਹ ਚੱਕ ਰਹੇ ਆ ਤੇ ਜਿਹੜੀ ਆਹ ਸਮੱਸਿਆ ਬਈ ਆ ਰਹੀ ਆ ਗੋਭੀ ਨੂੰ ਸੁੰਡੀ ਦਾ ਅਟੈਕ ਵੇਖੋ ਤੁਸੀਂ ਕਿੰਨਾ ਬਾਤ ਚ ਬੈਠਾ ਤੇ ਤੇ ਬਰੀਕ ਇਸ ਚੀਜ਼ ਤੋਂ ਬਚਾ ਲਿਆ ਜੇ ਗੋਭੀ ਨਹੀਂ ਤਾਂ ਤੁਹਾਡੇ ਜਿਹੜੀ ਦਿੱਕਤ ਆ ਫੁੱਲਾਂ ਨੂੰ ਆਊਗੀ ਉਹ ਤੁਹਾਨੂੰ ਦਿਖਾਉਨੇ ਆ ਵੀ ਆਹ ਚੀਜ਼ ਬਣੂਗੀ ਫੁੱਲ ਸਹੀ ਨਹੀਂ ਆਊਗਾ ਆਹ ਚੀਜ਼ ਹੋ ਜੂਗੀ ਕਾਣਾ ਮੀਣਾ ਜਾਂ ਫੁੱਲ ਹੋ ਜੂਗਾ ਤੇ ਗਾਂ ਤੁਹਾਡੀ ਜਿਹੜੀ ਮਾਰਕੀਟ ਦੇ ਵਿੱਚ ਗੋਭੀ ਆ ਉਹ ਸਹੀ ਢੰਗ ਨਾਲ ਨਹੀਂ ਵਿਖੂਗੀ ਤੁਹਾਨੂੰ ਪੂਰਾ ਰੇਟ ਨਹੀਂ ਮਿਲੂਗਾ ਤੇ ਲਗਾਤਾਰ ਬਾਈ ਜੀ ਆਪਾਂ ਜਿਹੜੀਆਂ ਵੀਡੀਓ ਪਾਉਂਦੇ ਰਹਿੰਨੇ ਆ ਦਿਖਾਉਂਦੇ ਰਹਿੰਨੇ ਆ ਸਾਰੇ ਭਰਾਵਾਂ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕਰਦੇ ਰਹਿੰਨੇ ਆ ਬਸ ਸਾਡੇ ਪੇਜ ਨਾਲ ਜਰੂਰ ਬਣੇ ਰਹੋ ਜੇ ਤੇ ਆਪਾਂ ਤੁਹਾਨੂੰ ਸਾਰੀਆਂ ਜਾਣਕਾਰੀਆਂ ਗੋਭੀ ਬਾਰੇ ਵੀ ਦੱਸਦੇ ਰਹਿੰਨੇ ਆ ਬਾਗ ਬਾਰੇ ਵੀ ਦੱਸਦੇ ਰਹਿੰਨੇ ਆ ਬਸ ਧੰਨਵਾਦ ਜੀ ਸਾਰਿਆਂ ਦਾ ਸასი ਸ਼ਕ